अभी लुक बहुत ही हाई है, मतलब के 8 GB रैम थी, 4 GB मेमोरी है, बहुत ही मतलब के कूल प्राइस में मिल जाएगा, क्योंकि अभी प्राइस डिस्काउंट हो गई है। आजकल जो आ रहे हैं 8 GB रैम थी, 4 GB मेमोरी के ਉਹਦੇ ਮੁਤਾਬਿਕ V5G ਹੋ ਗਿਆ, V5G E ਹੋ ਗਿਆ, ਉਹਨਾਂ ਦੇ ਮੁਤਾਬਿਕ ਇਹ ਕਾਫੀ ਅੱਛਾ ਹੈਗਾ। ਤੇ ਐਨ ਡਿਸਪਲੇ ਵਿੱਚ ਸਕਰੀਨ ਵਿੱਚ ਜਿਹੜਾ ਫਿੰਗਰ ਹੈਗਾ ਜਿਹੜਾ ਕਾਫੀ ਔਸਮ ਲੱਗਦਾ। ਇਸ ਤੋਂ ਬਾਅਦ ਇਹਦੀ ਪ੍ਰਾਈਸ ਮਿਲ ਜਾਏਗੀ ਤੁਹਾਨੂੰ, ਇਹ ਫਾਈਨਲ ਫਾਈਨਲ ਮਿਲ ਜਾਏਗਾ ਹੈਗਾ 58 ਦਾ। ਇਸ ਤੋਂ ਬਾਅਦ ਆਉਂਦਾ ਇਹਦਾ, ਕੱਲ ਅਸੀਂ ਰਿਵਿਊ ਦਿੱਤਾ ਸੀ, ਕੱਲ ਇਹਦੇ ਤੇ ਮੁਕੰਮਲ ਅਸੀਂ ਰਿਵਿਊ ਬਣਾਈ ਪੂਰੀ 4-5 ਮਿੰਟਾਂ ਦੀ ਸਿਰਫ ਐਸੇ ਮੋਬਾਈਲ ਤੇ। ਦੀ ਸ਼ੇਪ ਚੈੱਕ ਕਰੋ, ਦੀ ਲੁੱਕ ਚੈੱਕ ਕਰੋ, ਸਾਈਡ ਚੈੱਕ ਕਰੋ, ਬਹੁਤ ਹੀ ਸਮਾਰਟ ਤੇ ਸਲੀਮ ਮੋਬਾਈਲ ਹੈ। ਠੀਕ ਹੈ, ਇਹ 8 GB ਰੈਮ ਤੇ 128 GB ਮੈਮਰੀ ਹੈ ਇਹਦੀ। ਠੀਕ ਹੈ, ਤੇ 11 ਮਹੀਨੇ ਵਾਰੰਟੀ ਪਈ ਹੋਈ ਹੈ ਇਹਦੀ। ਇਹ ਬਿਲਕੁਲ ਫਰੈਸ਼ ਪੀਸ ਹੈ, ਕੋਈ ਸਕ੍ਰੈਚ ਨਹੀਂ ਹੈ ਨਾ ਫਰੰਟ ਸਕਰੀਨ ਤੇ ਨਾ ਬੈਕ ਤੇ। ਇਹ ਬੈਕ ਤੇ ਪੇਪਰ ਲੱਗਾ ਹੈ ਹੁੰਦਾ ਹੁਣ। ਇਹਦਾ ਕੈਮਰਾ ਚੈੱਕ ਕਰਵਾਉਣਾ, ਕੈਮਰਾ ਚੈੱਕ ਕਰਵਾ ਦੇਣਾ, ਇਹਦਾ ਬੈਕ ਕੈਮਰਾ काफी हाई है। इस तो बाद अगला दिखाने पोको ए 57, एक पुराना मॉडल होता है 3 मिट्टी वाला, यह नवा आया मॉडल, इसका नाम है ओपो ए 57 4G। लुक इसकी बिल्कुल ओपो एस की प्रो वाली बनी हुई है, शेप बहुत ही हैवी है। साइड चेक करो, ठीक है, 11 महीने वारंटी दी भी है, यूज नहीं होया बिल्कुल भी। ते 4 GB रैम ते 64 GB मेमोरी है, नाल 1 GB इंस्टेंट बैक लग गई है। ते बिल्कुल दी एक्सेसरी भी नहीं यूज हुई, सब लोग कुछ पैक ही है। ऐ तनु सर फाइनल फाइनल जेड़ा है गया ना 48 दा मिल जाएगा, 464 ते नवा 60 दा गया, वो भी ब्लैक च दंदे ने ते 62-63 दा पै जांदा है। ਉਸ ਤੋਂ ਬਾਅਦ ਆ ਜਾਂਦਾ ਵੀਵੋ ਮੋਬਾਈਲ 02S, 3 GB ਰੈਮ ਹੈ, ਠੀਕ ਹੈ, ਤੇ 32 GB ਮੈਮਰੀ ਹੈ। ਇਹਦੀ ਇੱਕ ਖਸੂਸੀਅਤ ਹੈ ਕਿ ਇਹਦਾ ਫਿੰਗਰਪ੍ਰਿੰਟ ਨਹੀਂ ਹੈ, ਸ਼ੇਪ ਇਹਦੀ ਬਹੁਤ ਹਾਈ ਪਾਈ ਹੈ, ਰੈਮ ਮੈਮਰੀ ਥੋੜ੍ਹੀ ਪਾਈ ਹੋਈ ਹੈ, ਪ੍ਰਾਈਸ ਵੀ 50,000 ਰੁਪਇਆ। ਅਤੇ ਇਹਦੀ ਐਸਐਮ ਵਾਰੰਟੀ ਪਈ ਹੋਈ ਹੈ ਤਕਰੀਬਨ 10 ਮਹੀਨੇ। ਅਤੇ ਕੈਮਰਾ ਚੈੱਕ ਕਰਾਉਣਾ ਚਾਹੁੰਦਾ, ਕੈਮਰਾ ਤੁਹਾਨੂੰ ਚੈੱਕ ਕਰਨੇ ਦਾ ਵੀਵੋ ਦਾ ਨੈਕਸਟ ਮੋਬਾਈਲ ਹੈ ਵੀਵੋ Y22, ਇਹ ਨਵਾਂ ਮਾਡਲ ਆਇਆ ਹੋਇਆ, ਤਕਰੀਬਨ 1.5 ਮਹੀਨਾ ਹੋਇਆ ਲਾਂਚ। अच्छा मोबाइल है, बहरहाल मेरी नहीं पसंद है, 4 GB रैम है, 64 GB मेमोरी है, 35-36 है, नवे मॉडल जिन्हें भी आ रहे हैं गोल कैमरे वाले बड़े कैमरे पाए हुए हैं, 35-36 GB, 16-86 GB है, ठीक है, 70,000 का नवा है। ये भी तकरीबन 11 माह से कुछ दिन वारंटी है, इतनी भी सस्ती पैक है, यूज नहीं होया, अभी वारंटी एक्टिव हुई हुई है। यह मिल जाएगा सर तुम्हें फाइनल प्राइस भी मिल जाएगी 50,000 का। ਇਸ ਤੋਂ ਬਾਅਦ ਆ ਜਾਂਦਾ ਐਮੋਲਡ ਡਿਸਪਲੇ ਤੇ ਇਨਫਿਨਿਕਸ ਨੋਟ ਦਾ ਰੈਮ, ਇਹ ਕਾਫੀ ਅੱਛਾ ਹੈਗਾ, ਐਮੋਲਡ ਡਿਸਪਲੇ ਹੈਗਾ ਨੋਟ 11, 6 GB ਰੈਮ ਹੈ ਤੇ 128 GB ਮੈਮਰੀ ਹੈ, ਡੱਬਾ ਚਾਰਜਰ ਨਾਲ ਹੈ, ਤੇ ਗੇਮਿੰਗ ਵਾਸਤੇ ਵੀ ਅੱਛਾ ਹੈਗਾ। ਇਹ ਦੇਖੋ ਜਿਹੜਾ ਬੈਕ ਕੈਮਰਾ, ਜ਼ੂਮ ਕਰਨੀ 10x ਦਾ ਜ਼ੂਮ ਕਰਨੀ, ਦੇਖੋ 10 ਇਸ ਤੋਂ ਬਾਅਦ ਆ ਜਾਂਦਾ ਹੈ ਵੀਵੋ Y33S, ਡੱਬਾ ਚਾਰਜਰ ਦਾ ਨਾਲ ਹੈ, ਸਾਫ ਕੰਡੀਸ਼ਨ ਵਿੱਚ ਹੈ, ਬੈਗ ਹੱਥ ਲੱਗੇ ਨੇ, ਡੱਬਾ ਚਾਰਜਰ ਨਾਲ ਹੈ, ਤੇ ਇਹ ਤੁਹਾਨੂੰ ਸਿਰਫ ਫਾਈਨਲ ਫਾਈਨਲ ਮਿਲ ਜਾਏਗਾ। ਇਹ ਜਿਹੜਾ ਓਲਡ ਮਾਡਲ, ਨਵੇਂ ਪ੍ਰਾਈਸ ਦੀ ਅਪਡੇਟ ਨਹੀਂ ਹੋਈ ਹੈ, ਵਰਦੀ ਵੀ ਅਪਡੇਟ ਹੁੰਦੀ ਤੇ ਹੁਣ ਦੇ ਨਵੇਂ ਮਾਡਲ ਬਾਈ ਨਾਲੋਂ ਕਿਤੇ ਜ਼ਿਆਦਾ ਹੋਣੀ, ਉਹ 464 ਹੀ 8 ਦਿਖਾਈ ਹੈ, ਨਾਲ 100 ਮੈਗਾ ਦੇ 5 GB, ਇਹ ਡੇਟ ਡਿਸਕਾਊਂਟ ਹੋ ਜਾਵੇ, ਨਾਲ ਡਿਸਕਾਊਂਟ ਰੇਟ ਮਿਲ ਜਾਏਗਾ, ਇਹ 40 ਦਾ ਮਿਲ ਜਾਏਗਾ, 8 GB ਰੈਮ ਤੇ 64 GB ਮਿਲ ਜਾਏਗਾ। ਬਾਕੀ ਫਿਰ ਆ ਜਾਂਦਾ ਆਈਫੋਨ, ਇਹ ਹੈਗਾ ਆਈਫੋਨ 7 Plus, ਆਈਫੋਨ 7 Plus ਦੇ ਉੱਪਰ ਜੈੱਡ ਬਲੈਕ ਵਿੱਚ ਹੱਥ ਲੱਗੇ ਹੋਏ ਨੇ, ਜਿਹਦੇ ਨਾਲ
ਥੋੜੀ ਸ਼ੇਪ ਦੀ ਹੈਗੀ ਆਉਣ ਦੀ ਸਾਲ ਦੇ ਨੇ ਕੋਈ ਹੁਣ ਦੇ ਤੁਹਾਨੂੰ ਦਿੱਤੇ ਹੁੰਦਾ ਆਈਫੋਨ ਐਕਸ ਹੈਗਾ ਸੈਮਲਸ ਨੇ ਫਿਰ ਸਿਕਸ ਪਲੱਸ ਹੈਗਾ ਇਹ ਦੇਖੋ ਉਹਦੀ ਲੁੱਕ ਬਿਲਕੁਲ ਨੀਟ ਐਂਡ ਕਲੀਨ ਹੈ ਹੁਣ ਬੈਕ ਕੈਮਰਾ ਦਿਖਾਉਣਾ ਇੱਧਰ ਨੂੰ ਦਿਖਾਉਂਦੇ ਹੁਣ ਆਈਫੋਨ ਇੱਧਰ ਨੂੰ ਇਹ ਬੈਕ ਕੈਮਰਾ ਪੋਰਟਰ ਮੋਡ ਕਰੀਦਾ ਇਹ ਪੋਰਟਰ ਮੋਡ ਹੈ ਔਨ ਐਕਸ ਟੂ ਐਸ ਪੀ ਡੀ ਐਫ ਪ੍ਰੋ ਹੋਵੇ 128 GB ਹੈ ਬੈਟਰੀ ਹੈਲਥ ਕਿੰਨੀ ਬੈਟਰੀ ਹੈਲਥ ਚੈੱਕ ਕਰੋ ਬੈਟਰੀ ਜੈਟ ਬਲੈਕ ਹੈ ਬਿਲਕੁਲ 10x10 ਕੰਡੀਸ਼ਨ ਵਿੱਚ ਪਿਆ ਹੋਇਆ ਇਹ ਫੇਸ ਕ੍ਰੋਸ ਗੋਲਡ ਪਿਆ ਹੋਇਆ ਹੈ ਬੈਟਰੀ ਹੈਲਥ ਹੈ ਜੀ 88 128 GB ਹੈ ਤੇ ਆਫੀਸ਼ੀਅਲੀ ਪੀ ਡੀ ਐਫ ਪ੍ਰੋ ਹੈ ਇਸ ਤੋਂ ਬਾਅਦ ਆ ਜਾਂਦਾ ਆਈਫੋਨ ਐਕਸ ਵੀਡੀਓ ਪ੍ਰੂਫ ਹੈ 256 GB ਹੈ ਬੰਦ ਕਿਆ ਹੋਇਆ ਬੈਟਰੀ ਲੋ ਹੈ 256 GB ਹੈ ਅਤੇ 95 ਬੈਟਰੀ ਹੈਲਥ ਹੈ ਟੋਟਲੀ ਜੈਨੂਇਨ ਹੈਗਾ 256 GB ਪੀਡੀਓ ਪ੍ਰੂਫ ਬਿਲਕੁਲ ਆਲ ਓਕੇ ਹੋਏ ਕੋਈ ਮਸਲਾ ਮਸਾਇਲ ਨਹੀਂ ਕਿਸੇ ਕਿਸਮ ਦਾ ਬਿਲਕੁਲ ਫਰੈਸ਼ ਕੰਡੀਸ਼ਨ ਵਿੱਚ ਇਹਦੇ ਬੈਕ ਸਾਈਡ ਕੋਨੇ ਇਹ ਫਾਈਨਲ ਮਿਲ ਜਾਏਗਾ 75 ਦਾ ਇਸ ਤੋਂ ਬਾਅਦ 7 Plus ਪਿਆ ਹੋਇਆ 32 GB ਪੀ ਡੀ ਐਫ ਪ੍ਰੂਫ ਹੈ 32 GB ਹੈ ਮਿਸ਼ਨ ਜ਼ਰਾ ਰੱਖ ਪਿਆ ਅਤੇ ਇਹਦਾ ਯੂਨਿਟ ਚੇਂਜ ਹੋਇਆ ਹੈ ਮਿਸ਼ਨ ਨੋਰਮਲੀ 10x9 ਹੈਗੀ ਹੈ 32 GB ਹੈ ਪੀ ਡੀ ਐਫ ਪ੍ਰੂਫ ਹੈ ਇਹ ਮਿਲ ਜਾਏਗਾ 27,000 ਰੁਪਏ ਦਾ ਫਿਰ ਹੈਗਾ ਆਈਫੋਨ 6 Plus 64 GB ਹੈ ਪੀ ਡੀ ਐਫ ਪ੍ਰੂਫ ਹੈ ਅਤੇ 64 GB ਪੀ ਡੀ ਪ੍ਰੂਫ ਫਿੰਗਰ ਓਕੇ ਵੇ ਬੈਟਰੀ ਚੇਂਜ ਹੈ ਇਹ ਕੰਡੀਸ਼ਨ ਤੁਹਾਡੇ ਸਾਹਮਣੇ ਇਹ ਫਾਈਨਲ ਮਿਲ ਜਾਏਗਾ 3,000 ਰੁਪਏ ਦਾ ਬੱਚੇ ਤੁਹਾਨੂੰ ਚਾਹੀਦੇ ਹੋਏ ਫਿਰ ਆਪਾਂ ਕਰਕੇ ਸਾਡੇ ਕੋਲ ਹੋਰ ਵੀ ਪਏ ਹੋਏ ਨੇ ਮੇਰੇ ਸਾਈਡ 'ਤੇ ਫਿਰ 6 Plus ਹੈ ਫਿਰ ਇੱਕ ਹੋਰ ਐਪਸ ਹੈ ਪੀ ਡੀ ਪ੍ਰੂਫ ਫਿਰ ਬਾਕੀ ਆਉਣ ਵਾਲੇ ਪਏ ਨੇ ਇਹਨਾਂ ਦੀ ਵੀਡੀਓ ਇਨਸ਼ਾਅੱਲਾ ਨੈਕਸਟ ਬਣਾਵਾਂਗੇ ਕਿਉਂਕਿ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਚੁੱਕੀ ਹੈ 7 ਮਿੰਟ ਸਾਡੇ ਕੋਲ ਮੋਬਾਈਲ ਪਏ ਹੋਏ ਨੇ ਬਾਕੀ ਮਿਲਦੇ ਹਾਂ ਅਗਲੀ ਵੀਡੀਓ 'ਚ ਨਾਲ ਵਿੱਚ